हाँ जी हाँ जी हाँ जी तो सरपंच साहब चलो अंदर चल दिया भाई तो जी मेन चीज आप देख रहे हैं गे जो भी समान इट वगैरा कोई बारो भी मंगवाई है सब कुछ अपने इथो ही आएगा लाल पत्थर धौलपुर अच्छा जी धौलपुर आया ठीक है जी और जो समान है दोस्तों तुसी देख सकते हो कि असी अंदर एंटर हो गए हैं ते अंदरों इस तरह का जो कि सानू नजारा देखने को मिलता है ये पंचायत घर का नजारा तुसी देख सकते हो इधर जो कि एक बाग है ना जो औरतां लैंदियां ने ब्याह दे समय ते जां कोई भी खुशी का समा हो जो उदों पुराने समय दे विच लैता जांदा सीगा इधर एक सीनरी आ दरबार साहब जिस दे विच आपां नूं फोटो नज़र आ रही आ हाँ जी ठीक है जी ठीक है जी सो तुसी देख सकते हो 1948 तो लैके हाँ जी हाँ जी लगातार साढ़े सरपंच साहब चौधरी चानन राम हाँ जी हाँ जी चौधरी चानन राम 1948 चो सर्वसम्मति नाल चुने गए हजूरा सिंह मरबा जी सर्वसम्मति नाल सरदार शेर सिंह लंबड़दार सर्वसम्मति नाल हाँ जी हाँ जी सरदार शमशेर सिंह सिद्धू सर्वसम्मति नाल हाँ जी हाँ जी पांच नंबर ते सरदार हरनाम सिंह तो इलेक्शन जिहड़ी होण लगे ठीक है जी हाँ जी ठीक है जी सो अज देख सकते हो मेरे माता जी श्रीमती मलकीत कौर कलकत्ता हाँ जी सो 13वें सरपंच ने हाँ जी सवेरे आके बैठते ने ठीक है जी मैं तो सिर्फ सहयोगी हां सहयोगी हां सहयोग करदा पर सरपंच कहंदे ने अक्सर लोग हाँ जी हाँ जी सरकार हाँ जी हाँ जी सो होर तुसी इस बारे कोई जानकारी चाहो ते सरपंच साहब असि सुने भी पिछे जे सिमरजीत मान साहब भी आई सीगे जी उन्होंने की सहयोग दिता जी सिमरजीत सिंह मान जी आए कोई भी लीडर ਸਾਡੇ ਪਿੰਡ ਆਉਂਦਾ ਹਾਂ ਜੀ ਹਾਂ ਜੀ ਤਾਂ ਅਸੀਂ ਉਹਨੂੰ ਇਨਵਾਈਟ ਕਰਦੇ ਆ ਇੱਥੇ ਠੀਕ ਹੈ ਜੀ ਸੋ ਇਸ ਤੋਂ ਪਹਿਲਾਂ ਸਰਦਾਰ ਚਾਂਦੀ ਸਿੰਘ ਚੰਨੀ ਹਾਂ ਜੀ ਮੁਹੰਮਦ ਸਦੀਕ ਜੀ ਹਾਂ ਜੀ ਹੋਰ ਵੀ ਵੱਖੋ ਵੱਖੋ ਲੀਡਰ ਇੱਥੇ ਆਏ ਨੇ ਸੋ ਸਭ ਤੋਂ ਵੱਡੀ ਜਿਹੜੀ ਗੱਲ ਸੀ ਮੁੱਖ ਮੰਤਰੀ ਪੰਜਾਬ ਹਾਂ ਜੀ ਸਰਦਾਰ ਭਗਵੰਤ ਸਿੰਘ ਭਗਵੰਤ ਸਿੰਘ ਹਾਂ ਜੀ ਹਾਂ ਜੀ ਅੱਜ ਤੋਂ ਤਕਰੀਬਨ ਮੇਰਾ ਖਿਆਲ 1 ਸਾਲ ਪਹਿਲਾਂ ਹਾਂ ਜੀ ਹਾਂ ਜੀ ਸੈਣੀ ਵਿਖੇ ਆਏ ਸੀ ਜਦੋਂ ਐਮਪੀ ਸੀ ਐਮਪੀ ਸੀ ਗਈ ਸੋ ਉਹਨਾਂ ਦਾ ਫੰਕਸ਼ਨ ਸੀ ਬਾਜ਼ਾਰ ਵਿੱਚ ਅੱਛਾ ਜੀ ਸੋ ਬਹੁਤ ਖੁਸ਼ੀ ਦੀ ਗੱਲ ਆ ਉਹ ਮੇਰੇ ਕੋਲ ਵੀਡੀਓ 5 ਮਿੰਟ ਉਹ ਪੰਚਾਇਤ ਬਾਰੇ ਬੋਲ ਕੇ ਗਏ ਸੈਣੀ ਦੀ ਪੰਚਾਇਤ ਬਾਰੇ ਬੋਲ ਕੇ ਗਏ ਸੋਲੇ ਗਾ ਕੇ ਗਏ ਸਾਡੇ ਕੰਮਕਾਰਾਂ ਦੇ ਸਲਾਘਾ ਕਰਕੇ ਗਏ ਸਲਾਘਾ ਕਰਕੇ ਗਏ ਸੋ ਮੇਰਾ ਇੱਕ ਚੋਣ ਮੈਨੀਫੈਸਟੋ ਜਾਰੀ ਹੋਇਆ ਪਹਿਲਾਂ ਵੀ ਮੈਂ ਦੱਸਦਾ ਰਹਿਣਾ ਇਹ ਗੱਲਾਂ ਅੱਛਾ ਜੀ ਇਲੈਕਟਡ ਬਾਡੀ ਕੋਈ ਵੀ ਪਿੰਡ ਚ ਆਊਗੀ ਠੀਕ ਹੈ ਜੀ ਕਿਸੇ ਵੀ ਪਾਰਟੀ ਨਾਲ ਸੰਬੰਧਤ ਹਾਂਜੀ ਅਸੀਂ ਉਹਦੀ ਜੀ ਆਇਆਂ ਕਵਾਂਗੇ ਹਾਂਜੀ ਸੋ ਉਸ ਦੇ ਨਾਲ ਜਦੋਂ ਭਗਵੰਤ ਮਾਨ ਸਿੰਘ ਮਾਨ ਜਾਣ ਲੱਗੇ ਅਸੀਂ ਗੇਟ ਤੇ ਰੁਕੇ ਨੇ ਉਹ ਤੇ ਉਹਨਾਂ ਨੂੰ ਅਸੀਂ ਸਨਮਾਨ ਵਜੋਂ ਸਨਮਾਨ ਚਿੰਨ੍ਹ ਦਿੱਤਾ ਅੱਛਾ ਜੀ ਸੋ ਉਹਨਾਂ ਨੇ ਮੈਥੋਂ ਇੱਕ ਵਾਅਦਾ ਲਿਆ ਉਸ ਸਮੇਂ ਹਾਂਜੀ ਸ਼ਾਇਦ ਇਹ ਵੀਡੀਓ ਜੇ ਕਦੇ ਉਹਨਾਂ ਕੋਲੇ ਚਲੀ ਜਾਵੇ ਹਾਂਜੀ ਉਹਨਾਂ ਨੇ ਵਾਅਦਾ ਲਿਆ ਵੀ ਸਰਪੰਚ ਪੰਚਾਇਤ ਘਰ ਬਣ ਰਿਹਾ ਤੇਰਾ ਸੋਹਣਾ ਹਾਂਜੀ ਮੈਂ ਸਰ ਆਨ ਦਾ ਪ੍ਰੋਸੈਸ ਆ ਹਾਂਜੀ ਹਾਂਜੀ ਕਿਉਂ ਬਣ ਗਿਆ ਮੈਥੋਂ ਉਦਘਾਟਨ ਕਰਵਾਵੇਂਗਾ ਹਾਂਜੀ ਮੈਂ ਵਾਅਦਾ ਰਿਹਾ ਤੁਹਾਡੇ ਤੋਂ ਉਦਘਾਟਨ ਕਰਵਾਉਂਗਾ ਹਾਂਜੀ ਉਦੋਂ ਐਮਪੀ ਸੀਗੇ ਠੀਕ ਹੈ ਜੀ ਮੈਂ ਐਮਪੀ ਤੋਂ ਵੀ ਕਰਵਾ ਸਕਦਾ ਸੀ ਠੀਕ ਹੈ ਸੋ ਹੁਣ ਮੈਂ ਇਹ ਸਾਰੀਆਂ ਚੀਜ਼ਾਂ ਬਣ ਕੇ ਤਿਆਰ ਨੇ ਸੁੰਦਰ ਹਾਂਜੀ ਆਪਣੇ ਤਰ੍ਹਾਂ ਦਾ ਇੰਡੀਆ ਵਿੱਚ ਹਾਂਜੀ ਵਿਲੱਖਣ ਆ ਹਾਂਜੀ ਬਹੁਤ ਮੈਂ ਕਹਿੰਦਾ ਜੇ ਪੰਜਾਬ 'ਚ ਨਹੀਂ ਤਾਂ ਇੰਡੀਆ 'ਚ ਵੀ ਹੈ ਇੰਡੀਆ 'ਚ ਵੀ ਹੈ ਹਾਂਜੀ ਵੀ BNRGS ਕੇ ਭਵਨ ਆ ਹਾਂਜੀ ਹਾਂਜੀ ਸੋ ਉਹਨਾਂ ਨੂੰ ਲੈਟਰ ਲਿਖਾਂਗੇ ਵੀ ਆਓ ਇੱਕ ਸਹੂਲਤ ਦਿੱਤੀ ਆ ਲੋਕਾਂ ਬਣਿਓ ਸਰਕਾਰ ਦਾ ਕੰਬੀਨੇਸ਼ਨ ਆ ਇਹ ਹਾਂਜੀ ਪ੍ਰੋਜੈਕਟ ਤੇ ਆ ਕੇ ਉਹਨਾਂ ਤੋਂ ਉਦਘਾਟਨ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਠੀਕ ਆ ਸਰਪੰਚ ਸਾਹਿਬ ਆਪਾਂ ਪਿੱਛੇ ਹੀ ਦੇਖ ਰਹੇ ਹਾਂਗੇ ਕਿ ਫੋਟੋਜ਼ ਲੱਗੀਆਂ ਹੋਈਆਂ ਜੀ ਤੇ ਇਹ ਫੋਟੋਜ਼ ਮੇਰੇ ਖਿਆਲ 'ਚ ਵੀ ਬਹੁਤ ਪ੍ਰੇਰਿਤ ਕਰਦੀਆਂ ਨੇ ਜਿੰਨੀਆਂ ਵੀ ਸ਼ਖਸੀਅਤਾਂ ਨੇ ਪਿੱਛੇ ਤੇ ਤੁਹਾਡੇ ਮਾਈਂਡ ਦੇ ਵਿੱਚ ਕਿਵੇਂ ਆਇਆ ਵੀ ਆਪਾਂ ਸਾਰੀਆਂ ਸ਼ਖਸੀਅਤਾਂ ਦੀਆਂ ਫੋਟੋਆਂ ਇੱਥੇ ਐਡਜਸਟ ਕਰ ਦਈਏ ਹਲੇ ਮੇਰੇ ਖਿਆਲ 'ਚ ਵੀ ਬਹੁਤ ਜ਼ਿਆਦਾ ਫੋਟੋਆਂ ਇੱਥੇ ਲੱਗ ਨਹੀਂ ਸਕਦੀਆਂ ਪਰ ਫਿਰ ਵੀ ਤੁਸੀਂ ਹੱਥ ਬਹੁਤ ਜ਼ਿਆਦਾ ਹੱਦ ਤੱਕ ਫੋਟੋਆਂ ਲਾਈਆਂ ਨੇ ਤੁਸੀਂ ਫੋਟੋਆਂ ਬਾਰੇ ਪੁੱਛਿਆ ਹਾਂਜੀ ਸੋ ਇਹ ਜਿਹੜੇ ਲੋਕ ਨੇ ਹਾਂਜੀ ਇਹ ਇੰਟਰਨੈਸ਼ਨਲ ਪੱਧਰ ਤੇ ਹਾਂਜੀ ਹਾਂਜੀ ਤੇ ਨੈਸ਼ਨਲ ਪੱਧਰ ਤੇ ਹਾਂਜੀ ਹਾਂਜੀ ਲਾਈਕ ਇਹਨਾਂ ਨੇ ਇਹ ਆਪਣੇ ਆਈਡਲ ਨੇ ਆਈਡਲ ਨੇ ਹਾਂਜੀ ਹਾਂਜੀ
ठीक है हाँ जी इन्हां बारे मैं सारे बारे जानकारी है हाँ जी हाँ जी। सो मैं चाहता सी देखो किन्ने आइडल ने अपने दुनिया च बहुत लोगों ने महान काम किए सही गल है सारे तो इस कैनवस से जगह मिलनी नहीं मिल सकती हाँ जी। सो मैं सिलेक्टेड लोगों को इतने जगह दिती है नगर निवासियों के मतलब सोच अनुसार अपनी सोच अनुसार नौजवानों की सोच अनुसार भी जेडे साडे बहुत लोग आते हैं इतने हाँ जी हाँ जी यंग जनरेशन दे बच्चे आउंदे ने हां जी हां जी। सो इन्हां दी जीवनी तो प्रेरित ने हां जी। सो अपने आप च इह मास्टर ने मास्टरमाइंड ने सारे सारे हां जी मास्टर ने। सो इह चीजां ताईओ इत्थे हैगियां ने हां जी देख सकदे हो तुसीं सारियां ते सरपंच साहब जेड़ा आपां फ्लैग भी देख रहे हैं जी इह दो फ्लैग लगे हुए अपने कोले जी एक तो अपने इंडिया का फ्लैग जो कि आप रिस्पैक्ट करते हैं जी कि अपने रिस्पैक्टफुल है तो एक सैकंड थोड़े मतलब मेरे ख्याल भी लोगो जो ग्राम पंचायत वो फ्लैग लगे हुआ है यह भी मेरे ख्याल भी पित्तल के बने हुए हैं ये भी आमदन मतलब बहुत आई होगी जी इनकम हाँ जी ये फ्लैग ने तो पित्तल के बने हुए हाँ जी वक्रे कारीगर ने हाँ जी हाँ जी मलेरकोटले तो हाँ जी हाँ जी ऊपर देखो अपना है राष्ट्रीय चिन्ह हाँ जी हाँ जी ठीक है ਇਹ ਉਹਨਾਂ ਤੋਂ ਡਿਜ਼ਾਈਨ ਕੀਤੇ ਗਏ ਨੇ ਠੀਕ ਹੈ ਜੀ ਜਿੰਨੀ ਸਮਝ ਲਓ ਇਹਨਾਂ ਤੇ ਲਾਗਤ ਲੱਗੀ ਆ ਹਾਂਜੀ ਉਨੀ ਉਨਾ ਹੀ ਖਰਚ ਆਉਣ ਜਾਣ ਚ ਖਰਚ ਹੋ ਗਿਆ ਸਾਡਾ ਅੱਛਾ ਜੀ ਤਿੰਨ ਚਾਰ ਗੇੜੇ ਲੱਗ ਗਏ ਹਾਂ ਜੇ 25000 30000 ਰੁਪਇਆ ਲੱਗਿਆ ਸਾਰੀ ਚੀਜ਼ਾਂ ਤੇ ਇੰਨੇ ਪੈਸਾ ਆਉਣ ਜਾਣ ਚ ਅਸੀਂ ਖਾ ਗਏ ਸਹੀ ਗੱਲ ਜੀ ਜਿਹੜੀ ਆ ਮਤਲਬ ਛੋਟਾ ਜਿਹਾ ਸਰਪੰਚ ਸਾਹਿਬ ਫਰੇਮ ਬਣਾਇਆ ਗਿਆ ਲੱਕੜ ਦਾ ਇਹ ਫਿਰ ਇੱਥੇ ਤਿਆਰ ਕੀਤਾ ਜਾਂ ਮਤਲਬ ਮਿਸਤਰੀ ਤੋਂ ਤਿਆਰ ਕਰਵਾਇਆ ਤੇ ਕਿੱਥੋਂ ਮਿਸਤਰੀ ਲਿਆਂਦੇ ਇਹਦੇ ਬਾਰੇ ਮੜੀ ਜਾਣਕਾਰੀ ਦਿੰਦੇ ਇਹ ਮਤਲਬ ਇਹ ਜਿਹੜਾ ਸਾਰਾ ਕੰਮ ਆ ਨਾ ਇਹਦੇ ਵਿੱਚ ਦੇਖੋ ਪੰਚਾਇਤ ਘਰ ਸੋਚਿਆ ਜਾਵੇ ਤਾਂ ਇੱਕ ਲੋਕ ਰਾਜ ਦਾ ਮੰਦਰ ਹੈ ਸਹੀ ਗੱਲ ਹੈ ਜੀ ਜਿੱਥੇ ਜ਼ਰੂਰਤਮੰਦ ਲੋਕ ਕੰਮ ਆਉਂਦੇ ਨੇ ਇੱਥੇ ਬੈਠ ਕੇ ਅਸੀਂ ਉਹਨਾਂ ਦੀਆਂ ਸਮੱਸਿਆਵਾਂ ਸਮਝਾਉਂਦੇ ਹਾਂ ਅਤੇ ਦੁਆਵਾਂ ਲੈਂਦੇ ਹਾਂ ਸਹੀ ਗੱਲ ਠੀਕ ਆ ਮੰਦਰ ਮਸਜਿਦ ਜਿਹੜਾ ਲੋਕ ਰਾਜ ਆ ਉਹਦੇ ਵਾਸਤੇ ਤਾਂ ਇਹੀ ਹੈ ਜੇ ਇਹਦੀ ਕਦਰ ਕਰੇ ਹਾਂਜੀ ਸੋ ਲੋਕ ਆਉਂਦੇ ਨੇ ਇੱਥੇ ਕੰਮ ਕਾਰ ਕਰਦੇ ਨੇ ਕੀ ਸਵਾਲ ਸੀ ਤੁਹਾਡਾ कारीगर भी ने हाँ जी सानू प्यार करदे आ साडी पंचायत नू प्यार करदे आ साडे कम्मां नू हाँ जी। सो जो असीं शौक दा कम करा रहे आ तां ओह भी शौकी बंदे हाँ जी। इह साडा जिहड़ा लक्कड़ दा मिस्त्री है इह बुरज तों दोस्त साडा ठीक है जी पिंदर तो बहुत महारा कारीगर ठीक है जी। सो उन्हें ये सारी सेवा लाई है ठीक है जी। सो देखो सेवा लाई है उदा तकरीबन 1.5-2 लाख दे करीबन बिल आ मेहनत आई हां जी। सो हजे मिले अच्छा जी ओदे विचो 60000 रुपया मैं अपनी जेब चो दित्ता ठीक है जी। हजे कदों पास हो कदों सरकार मैनू पैसे दिंदी आ सो पैसे फेर देने आ सही गल पहला भी मैं दस चुकिया हां जी हां जी। ਇਹ ਆਹ ਪ੍ਰੋਜੈਕਟ ਦੀ ਫਾਈਲ ਆ ਹਾਂਜੀ ਬੀ ਐਨ ਆਰ ਜੀ ਐਸ ਕੇ ਹਾਂਜੀ ਸੇਵਾ ਕੇਂਦਰ ਇਸ ਭਵਨ ਦਾ ਨਾਂ ਠੀਕ ਹੈ। ਸੋ ਇਹ 20,27,800 ਐਸ ਡੀ ਓ ਸਾਹਿਬ ਦੇ ਸਾਈਨ ਨੇ ਵੱਖ ਵੱਖ ਦਫ਼ਤਰਾਂ ਦੇ ਸਾਈਨ ਨੇ ਪਾਸ ਹੋਇਆ ਵਾ ਇੰਨੇ ਪੈਸੇ ਦਾ ਠੀਕ ਹੈ ਅਤੇ ਇੱਥੇ ਮੈਂ ਲਾਈ ਬੈਠਾ 40-42 ਲੱਖ ਹਾਂਜੀ ਹਾਂਜੀ 22-23 ਲੱਖ ਕੋਲੋਂ ਲੱਗਿਆ ਹਾਂਜੀ ਹਾਂਜੀ ਜਹਾਜ ਕੁਛ ਦੇਣਦਾਰੀਆਂ ਪਰ ਅਫਸੋਸ ਜਿਹੜਾ ਪਾਸ ਪੈਸਾ ਹੋਇਆ ਉਹ 'ਚ ਵੀ ਹਜੇ ਪੰਜੀ ਨਹੀਂ ਹੈ ਫੰਡ ਮਿਲਿਆ ਨਹੀਂ ਹਲੇ ਠੀਕ ਆ। ਡੀ ਸੀ ਸਾਹਿਬ ਆਏ ਸੀ ਪਿੱਛੇ ਹਾਂਜੀ ਮੌਜੂਦਾ ਡੀ ਸੀ ਸਾਹਿਬ ਸੋ ਦੇਖ ਕੇ ਬੜਾ ਪ੍ਰਭਾਵਿਤ ਹੋਏ ਇਹ ਚੀਜ਼ਾਂ ਦੇਖ ਕੇ ਹਾਂਜੀ। ਸੋ ਨਾਲ ਦੇ ਨਾਲ ਜਿੱਥੇ ਉਹ ਖੁਸ਼ ਹੋ ਕੇ ਗਏ ਆ ਉੱਥੇ ਜਿਹੜਾ ਉਹਨਾਂ ਦਾ ਵਿਭਾਗ ਆ ਉਹਨਾਂ ਪ੍ਰਤੀ ਨਿਰਾਸ਼ਾ ਵੀ ਜ਼ਾਹਰ ਕਰਕੇ ਗਿਆ ਵੀ ਇੰਨਾ ਸੋਹਣਾ ਕੰਮ ਹੋਣ ਤੋਂ ਬਾਅਦ ਅਜੇ ਤੱਕ ਤੁਸੀਂ ਇਹਨਾਂ ਦੇ ਪੇਮੈਂਟਾਂ ਨਹੀਂ ਬਿੱਲ ਨਹੀਂ ਪੂਰੇ ਕੀਤੇ ਹਾਂਜੀ। ਸੋ ਲੈਟਰ ਵੀ ਕੱਢ ਕੇ ਗਏ ਨੇ ਸੋ ਸੈਣਾ ਬਲਾਕ ਲਾ ਲਈਏ ਸੈਣਾ ਬਲਾਕ ਇੱਕ ਤਰ੍ਹਾਂ ਦਾ ਨਾ ਜਿਹੜਾ ਮਨਰੇਗਾ ਹੈਗਾ ਡਿਪਾਰਟਮੈਂਟ ਹਾਂਜੀ ਉਹਨਾਂ ਦੀ ਇੰਨੀ ਪੂਅਰ ਕੰਮ ਕਰਨ ਦਾ ਆਹ ਤਰੀਕਾ ਗਾ ਜਦਕਿ ਉਹਨੀ ਸਾਰੀਆਂ ਵੱਡੀਆਂ ਸਹੂਲਤਾਂ ਦੇ ਨੇ ਹਾਂਜੀ। ਸੋ ਉਹਨਾਂ ਤੋਂ ਨਿਰਾਸ਼ ਨੇ ਲੋਕ ਪਿੰਡ ਵੀ ਲੋਕ ਅਤੇ ਸਰਕਾਰਾਂ ਜੇ ਆਪਣੇ ਆਪ ਨੂੰ MLA ਜਾਂ ਕੋਈ ਹੋਰ ਸਰਪੰਚ ਸਰਕਾਰਾਂ ਪਾਸ ਹੋਣਾ ਚਾਹੁੰਦੀਆਂ ਤਾਂ ਉਸ ਡਿਪਾਰਟਮੈਂਟ 'ਤੇ ਧਿਆਨ ਆਪਣਾ ਕੰਟਰੋਲ ਰੱਖਣ ਹਾਂਜੀ ਹਾਂਜੀ ਜਿਹੜਾ ਇਹਨਾਂ ਨੇ ਇੱਕ ਸਿਸਟਮ ਬਣਾਇਆ ਉਹ ਕੰਮ ਨਹੀਂ ਕਰਦੇ ਬਿਲਕੁਲ। ਅਤੇ ਸਰਪੰਚ ਸਾਹਿਬ ਆਪਾਂ ਪਿੰਡ ਦੇ ਵਿੱਚ ਕੋਈ ਲਾਇਬ੍ਰੇਰੀ ਜਾਂ ਕੋਈ ਹੋਰ ਖੇਡ ਗਰਾਊਂਡ ਇਹਨਾਂ ਵੱਲ ਧਿਆਨ ਦਿੱਤਾ ਵਾ ਲਾਇਬ੍ਰੇਰੀ ਬਾਰੇ ਸਾਡੇ ਕੋਲ ਮੰਗ ਆਈ ਹੈ ਠੀਕ ਹੈ ਜੀ। ਸੋ ਜੇ ਜਿਵੇਂ ਕਹੋ ਵੀ ਤੁਸੀਂ ਹੋਰ ਕਿਹੜੇ ਕਿਹੜੇ ਵਿਸ਼ਿਆਂ 'ਤੇ ਧਿਆਨ ਦਿੱਤਾ ਹਾਂਜੀ ਹਾਂਜੀ। ਸੋ ਮੈਂ ਦੱਸਾਂ ਵੀ ਮੈਂ ਕਿਸੇ ਨੂੰ ਹੁਣ ਦੋਸ਼ ਤਾਂ ਕੀ ਦੇਵਾਂ ਵੀ ਮੈਂ ਆਪਣੇ ਜਿਹੜੀਆਂ ਹੁਣ ਪਿੰਡ ਦੀਆਂ ਕਮੀਆਂ ਉਹ ਦੂਰ ਕਰ ਰਿਹਾ ਜੀ।
ਸੋ ਇਸ ਤੋਂ ਪਹਿਲਾਂ ਸਾਡੇ ਜਿਹੜਾ ਪਿੰਡ ਦਾ ਹੈਗਾ ਸਟਰਕਚਰ ਹਾਂਜੀ ਸਾਰਾ ਢਹਿ ਢੇਰੀ ਹੋਇਆ ਹੋਇਆ ਸੀਗਾ ਠੀਕ ਹੈ ਜੀ ਇੱਕ ਤਰ੍ਹਾਂ ਕਲੈਪਸ ਹੋ ਗਿਆ ਸੀ ਸਾਰਾ ਸਿਸਟਮ ਠੀਕ ਹੈ ਚਾਹੇ ਗਲੀਆਂ ਨਾਲੀਆਂ ਦਾ ਲਾ ਲਈਏ ਚਾਹੇ ਕੋਈ ਹੈਲਥ ਦਾ ਲਾ ਲਈਏ ਸਕੂਲਾਂ ਦਾ ਲਾ ਲਈਏ ਅਤੇ ਬਿਲਕੁਲ ਮਤਲਬ ਮਾਈਨਸ ਤੋਂ ਸਟਾਰਟ ਕੀਤਾ ਸੋ ਵੱਡੀ ਮੈਂ ਤੁਹਾਨੂੰ ਦੱਸਿਆ ਵੀ ਚੈਲੰਜ ਸੀਗਾ ਸਾਡੇ ਮੂਹਰੇ ਪ੍ਰੈਸ਼ਰ ਵੀ ਸੀ ਵੀ ਮੈਂ ਇਹਨੂੰ ਕਿਸ ਤਰ੍ਹਾਂ ਰੀਬਿਲਡ ਕਰਾਂਗਾ ਠੀਕ ਹੈ ਜੀ ਸੋ ਪਹਿਲਾਂ ਤਾਂ ਉਸ 'ਚ ਸੁਧਾਰ ਕੀਤਾ ਉਸ ਨੂੰ ਸਾਰੀ ਜਿਹੜੀ ਪਟੜੀ ਤੋਂ ਰਹੀ ਵੀ ਗੱਡੀ ਸੀ ਲਾਈਨ 'ਤੇ ਲੈ ਕੇ ਆਏ ਫਿਰ ਉਹਨੂੰ ਧੱਕਿਆ ਵਿਕਾਸ ਵੱਲ ਅੱਜ ਵਿਕਾਸ 'ਚ ਅਸੀਂ ਮਤਲਬ ਪੰਜਾਬ 'ਚ ਚੈਲੰਜ ਕਰਦੇ ਹਾਂ ਵੀ ਮੂਹਰਲੀਆਂ ਕਤਾਰਾਂ 'ਚ ਖੜ੍ਹੇ ਹਾਂ ਕਦੋਂ ਜਦੋਂ ਸਮਝ ਲਓ ਗਿੱਧ ਕਾਂ ਆਪਦੇ ਆਪਦੀਆਂ ਉਹ ਲਈ ਖੜ੍ਹੇ ਆ ਛਤਰੀਆਂ ਸਾਡੇ 'ਤੇ ਸੰਗਲ ਵੀ ਪਾਉਂਦੇ ਆ ਰੋਕਣ ਦੀ ਵੀ ਸਾਨੂੰ ਕੋਸ਼ਿਸ਼ ਕਰਦੇ ਆ ਪਰ ਫਿਰ ਵੀ ਸਾਡੀ ਜਿਹੜੀ ਰਫਤਾਰ ਆ ਵੱਧਦੀ ਤੁਰ ਜਾਂਦੀ ਰਫਤਾਰ ਜਾਂ ਟੀਮ ਵਰਕ ਬੇਮਿਸਾਲ ਲਾਮਿਸਾਲ ਆ ਠੀਕ ਹੈ ਸੋ ਇਹ ਉਦਾਹਰਨ ਆ ਇੱਕ ਪਾਕਿਸਤਾਨ ਆ ਇੱਕ ਕੈਨੇਡਾ ਉਦਾਹਰਨ ਦਿੰਦਾ ਉੱਥੋਂ ਦਾ ਜਿਹੜਾ ਵੀ ਕੈਨੇਡਾ ਦਾ ਮੁਖੀ ਆਊਗਾ ਹਾਂਜੀ ਉਹ ਇੰਨੇ ਕੁ ਕੰਮ ਕਰਕੇ ਜਾਊ ਦੂਸਰਾ ਉਸ ਤੋਂ ਵੱਧ ਤੀਸਰਾ ਉਸ ਤੋਂ ਵੱਧ ਇੱਕ ਪਾਕਿਸਤਾਨ ਆ ਸਭ ਜਿਹੜਾ ਮੌਜੂਦਾ ਉਹਨੇ ਸਮੇਟ ਕੇ ਜਾਣਾ ਉਦੋਂ ਅਗਲੇ ਵਾਲੇ ਨੇ ਉਦੋਂ ਮਤਲਬ ਟੋਏ ਪਾ ਕੇ ਜਾਣਾ ਸੋ ਇਸ ਤਰ੍ਹਾਂ ਦਾ ਸਿਸਟਮ ਹੋਇਆ ਪਿਆ ਸੀ ਸਹਿਣੇ ਇਨਡਾਇਰੈਕਟ ਤਰੀਕੇ ਨਾਲ ਮੇਰੇ ਤੇ ਰਿਪੋਰਟਾਂ ਹੋਈਆਂ ਜਿੱਥੇ ਮੈਂ ਥਾਣਿਆਂ 'ਚ ਐਸ ਐਸ ਪੀ ਦਫ਼ਤਰਾਂ 'ਚ ਆਪਣੇ ਪੱਖ ਰੱਖੇ ਲੋਕਾਂ ਨੇ ਸਾਥ ਦਿੱਤਾ ਸੋ ਅੱਜ ਆ ਤੁਸੀਂ ਦੇਖ ਸਕਦੇ ਹੋ ਵੀ ਕੀ ਕੁਛ ਕੀ ਰੂਪ ਮਿਲਿਆ ਸੋ ਜੇ ਤੁਸੀਂ ਸਵੇਰੇ ਆ ਜਾਓ ਤਕਰੀਬਨ ਰੋਜ਼ 200-300 ਬੰਦਾ ਇੱਥੇ ਆ ਕੇ ਆਪਣੀਆਂ ਸਮੱਸਿਆਵਾਂ ਦੱਸਦਾ ਅਤੇ ਇੱਥੇ ਹੀ ਸੋਲਵ ਕਰਦੇ ਹਾਂ ਅੱਜ ਹੀ ਇੱਕ ਮਸਲਾ ਸੀ ਪਿੰਡ ਹਰ ਰਾਏਪੁਰ ਪੰਚਾਇਤ ਦਾ ਬਠਿੰਡਾ ਜ਼ਿਲ੍ਹਾ ਅਤੇ ਸਾਡੇ ਪਿੰਡ ਦਾ ਬਾਈਪਾਸ ਪਿੰਡ ਦਾ ਸੀਗਾ ਰੌਣਾ ਉਸ ਦਾ ਮਿਊਚੁਅਲ ਅੰਡਰਸਟੈਂਡਿੰਗ ਨਾਲ ਉਹਨਾਂ ਨੂੰ ਦੁਬਾਰੇ ਮਿਲਾਇਆ ਸੋ ਇਸ ਤਰ੍ਹਾਂ ਦੇ ਕੰਮ ਕਰਨ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ।